ਮਹਾਤਮਾ ਨੂੰ ਜਲੀਲ ਵਾਹਵਾ ਕੀਤਾ ਜਾ ਰਿਹਾ, ਉਹਨੂੰ ਆਪਣੇ ਰਾਜ ਵਿੱਚ ਬੱਧੂ ਬਣਾ ਦਿੱਤਾ ਗਿਆ ਹੈਗਾ। ਬਿਲਕੁਲ ਹੀ ਛਲਾਰੂ ਕਿਸਮ ਦੇ ਜਿਹੜੇ ਉਮਰ ਦੇ ਬੱਚੇ ਸੀਗੇ ਉਹ ਉਹਦੇ ਭਗਵੰਤ ਮਾਨ ਦੇ ਸਿਰ ਤੇ ਬਿਠਾ ਦਿੱਤੇ। ਭਗਵੰਤ ਮਾਨ ਨੂੰ ਆਪ ਹੀ ਅੱਖਾਂ ਨੀਵੀਆਂ ਪਈਆਂ ਹੁੰਦੀਆਂ, ਉਹਦੀ ਸ਼ਕਲ ਦੇਖ ਕੇ ਉਹਦੀ ਬੋਡੀ ਲੈਂਗੁਏਜ ਪੜਿਆ ਕਰੋ ਕਿ ਉਹ ਕੀ ਮਹਿਸੂਸ ਕਰ ਰਿਹਾ। ਹਾਂ, ਜਿਹੜੇ ਕਾਂਗਰਸ ਦੇ ਮੁਕਾਬਲਤਨ ਇਮਾਨਦਾਰ ਉਮੀਦਵਾਰ ਹੈਗੇ ਉਹਨਾਂ ਵਾਸਤੇ ਮੈਂ ਮਤਲਬ ਕੰਮ ਕਰੂੰਗਾ, ਉਹਨਾਂ ਦੀ ਮਦਦ ਕਰੂੰਗਾ ਹੈਗਾ। ਤੁਸੀਂ ਇੱਕ ਬਿਆਨ ਦਿੱਤਾ ਵੀ ਪਾਰਲੀਮੈਂਟ ਰਾਜਨੀਤੀ ਤੋਂ ਅਸਤੀਫਾ ਦੇ ਰਹੇ, ਜੋ ਵੀ ਕੀ ਮੈਟਰ? ਨਹੀਂ, ਇਹਨੂੰ ਮਿਸਇੰਟਰਪ੍ਰੈਟ ਕਰ ਰਹੇ ਹੈਗੇ ਆ। ਮੈਂ ਕਿਹਾ ਕਿ ਸਿਆਸਤ ਤਾਂ ਬੰਦੇ ਦੇ ਕਣ ਕਣ ਵਿੱਚ ਹੈ, ਜ਼ਿੰਦਗੀ 'ਚ ਰੋਜ਼ ਸਿਆਸਤ ਹੈ, ਘਰ ਸਿਆਸਤ ਹੈ, ਮੁਹੱਲੇ ਸਿਆਸਤ ਹੈ, ਦੇਸ਼ ਸਿਆਸਤ ਹੈ, ਰਾਜ ਸਿਆਸਤ ਹੈ। ਸਿਆਸਤ ਤੋਂ ਬਗੈਰ ਜ਼ਿੰਦਗੀ ਚੱਲਦੀ ਹੋਈ ਨਹੀਂ। ਪਰ ਸਿਆਸਤ ਦਾ ਇਕੱਲਾ ਇਹ ਪਾਰਲੀਮੈਂਟਰੀ ਚੋਣਾਂ 'ਚ ਜਾਂ ਅਸੈਂਬਲੀ ਚੋਣਾਂ 'ਚ ਹਿੱਸਾ ਲੈਣਾ ਹੀ ਸਿਆਸਤ ਨਹੀਂ ਹੈਗੀ ਹੈ। ਸਿਆਸਤ ਦਾ ਬਹੁਤ ਵੱਡਾ ਆਯਾਮ ਹੈਗਾ ਹੈ, ਜ਼ਿੰਦਗੀ ਜੋ ਚੱਲਦਾ ਹੈਗਾ ਹੈ, ਜਿੱਦਾਂ ਦੀ ਦੇਸ਼ ਦੀ ਹਾਲਤ ਹੈਗੀ ਹੈ, ਜਿੱਧਰ ਨੂੰ ਦੇਸ਼ ਜਾ ਰਿਹਾ ਹੈਗਾ, ਸਾਰੇ ਦਖਲ ਅੰਦਾਜ਼ੀ ਕਰਨ 'ਚ ਪਾਰਲੀਮੈਂਟਰੀ ਰਸਤਾ ਇੱਕ ਰਸਤਾ ਹੈਗਾ। ਸਮਾਜਿਕ ਤੌਰ 'ਤੇ ਲੋਕਾਂ ਨੂੰ ਚੇਤਨ ਕਰਨਾ, ਲੋਕਾਂ ਨੂੰ ਸੂਝਵਾਨ ਬਣਾਉਣਾ, ਨੌਜਵਾਨ ਬੰਦਿਆਂ ਨੂੰ ਟ੍ਰੇਨਡ ਕਰਨਾ, ਸਹੀ ਸਿਆਸਤ 'ਤੇ ਲੜ ਲਾਉਣਾ ਹੈਗਾ। ਜਿਹੜੀ ਬੇਈਮਾਨ ਸਿਆਸਤ ਹੈਗੀ, ਦੇਸ਼ ਨੂੰ ਵੰਡਣ ਵਾਲੀ ਸਿਆਸਤ ਹੈ, ਦੇਸ਼ ਨੂੰ ਤਬਾਹ ਕਰਨ ਵਾਲੀ ਸਿਆਸਤ ਹੈ, ਉਹ ਤੋਂ ਲੋਕਾਂ ਨੂੰ ਬਚਾਉਣਾ ਹੈਗਾ। ਇਹ ਬਹੁਤ ਵੱਡਾ ਕਾਰਜ ਹੈ ਜਿਹੜਾ ਕਿ ਪਾਰਲੀਮੈਂਟਰੀ ਸਿਆਸਤ ਰਾਹੀਂ ਵੀ ਹੋ ਸਕਦਾ ਹੈਗਾ ਅਤੇ ਉਸ ਤੋਂ ਬਾਹਰ ਰਹਿ ਕੇ ਵੀ ਹੋ ਸਕਦਾ ਹੈਗਾ। ਮੈਂ ਸਿਆਸਤ ਤੋਂ ਨਾ ਕਦੀ ਪਾਸੇ ਗਿਆ, ਪਿਛਲੇ 50 ਸਾਲ ਤੋਂ ਲਗਾਤਾਰ ਸਿਆਸਤ ਦੇ ਤੁਰ ਅੰਦਰ ਹੈਗਾ, ਹੁਣ ਵੀ ਸਿਆਸਤ ਦੇ ਵਿੱਚ ਹੈਗਾ। ਮੈਂ ਈਵਨ ਜਿਹੜੀਆਂ ਹੁਣ ਚੋਣਾਂ ਹੋ ਰਹੀਆਂ, ਮੈਂ ਆਪ ਭਾਵੇਂ ਹਿੱਸਾ ਨਹੀਂ ਲੈ ਰਿਹਾ, ਪਰ ਮੈਂ ਜਿਹੜੀਆਂ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ, ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਹੈਗੀਆਂ, ਖਾਸ ਤੌਰ 'ਤੇ ਭਾਜਪਾ ਦੇ ਪੁਰਾਣੇ ਸੰਗੀ ਸਾਥੀ, ਭਾਜਪਾ ਦੇ ਨਵੇਂ ਸੰਗੀ ਸਾਥੀ, ਭਾਜਪਾ ਦੇ ਲੁਕਵੇਂ ਸੰਗੀ ਸਾਥੀ, ਸਾਰਿਆਂ ਖਿਲਾਫ ਮੈਂ ਲੋਕਾਂ ਨੂੰ ਲਾਮਬੰਦ ਕਰ ਰਿਹਾ ਹੈਗਾ। ਹਰ ਹਲਕੇ ਜਾਊਂਗਾ ਜਿੱਥੇ ਕਿਸਾਨ ਮੋਰਚੇ ਦੇ ਜਾਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਹੈਗੇ, ਜਿਹੜੇ ਯੋਗ ਜਿੱਥੇ ਵੀ ਮੈਨੂੰ ਮੇਰੀ ਪਹੁੰਚ ਹੋਈ, ਜਾਂ ਜਿਹੜੇ ਕਾਂਗਰਸ ਦੇ ਮੁਕਾਬਲਤਨ ਇਮਾਨਦਾਰ ਉਮੀਦਵਾਰ ਹੈਗੇ ਉਹਨਾਂ ਵਾਸਤੇ ਮੈਂ ਮਤਲਬ ਕੰਮ ਕਰੂੰਗਾ, ਉਹਨਾਂ ਦੀ ਮਦਦ ਕਰੂੰਗਾ ਹੈਗਾ। ਇਹ ਮੇਰੀ ਸਿਆਸਤ ਦਾ ਕੁੱਲ ਜਿਹੜਾ ਹੈਗਾ ਪਲਾਨ ਹੈਗਾ ਇਹਨਾਂ ਪਾਰਲੀਮੈਂਟਰੀ ਚੋਣ ਅਸੈਂਬਲੀ ਚੋਣਾਂ ਵਿੱਚ, ਅਤੇ ਮੈਂ ਇਸ ਤੋਂ ਕਦੀ ਮੁਨਕਰ ਨਹੀਂ ਹੋਇਆ। ਅੱਜ ਵੀ ਮੈਂ ਸਿਆਸਤ ਦੇ ਵਿੱਚ ਹੈ, ਪਹਿਲਾਂ ਵੀ ਸਿਆਸਤ ਵਿੱਚ ਸੀਗਾ। ਸੋ ਇਹ ਲੋਕਾਂ ਨੂੰ ਸਮਝ ਨਹੀਂ ਆ ਰਹੀ, ਉਹ ਸਮਝਦੇ ਨੇ ਕਿ ਚੋਣਾਂ ਖੜਨਾ ਹੀ ਸਿਆਸਤ, ਇਕੱਲੀ ਸਿਆਸਤ ਹੈ, ਚੋਣਾਂ ਖੜਨਾ ਇਕੱਲੀ ਸਿਆਸਤ ਨਹੀਂ ਹੁੰਦੀ। ਸਿਆਸਤ ਦਾ ਬਹੁਤ ਵੱਡਾ ਘੇਰਾ ਹੈਗਾ ਅਤੇ ਮੈਂ ਉਸ ਘੇਰੇ ਵਿੱਚ ਸ਼ਾਮਿਲ ਹੈਗਾ। ਅਕਾਲੀ ਦਲ ਪੁਰਾਣੇ ਵਰਕਰ ਘਲਾਵਾਂ ਦੀ ਪਾਰਟੀ ਜੁਆਇਨ ਕਰਕੇ, ਅਜੀਤ ਪਰ ਕੋਹਲੀ ਜੀ ਆਮ ਆਦਮੀ ਪਾਰਟੀ ਜੁਆਇਨ ਕਰਕੇ, ਕੱਲ੍ਹ ਨੂੰ ਕਿੰਨਾ ਲੋਕਾਂ ਦਾ ਇਸ ਤਰ੍ਹਾਂ ਇਹ ਤਾਂ ਜਿੱਦਾਂ ਚੱਲੀ ਜਾਣਾ, ਹੁਣ ਆਉਣ ਜਾਣ ਚੱਲੀ ਜਾਣਾ ਹੈਗਾ, ਕਿਉਂਕਿ ਸਿਧਾਂਤ ਤਾਂ ਕਿਸੇ ਦਾ ਹੈ ਨਹੀਂ, ਕੋਈ ਅਸੂਲ ਤਾਂ ਕਿਸੇ ਦਾ ਹੈ ਨਹੀਂ। ਅਕਾਲੀ ਦਲ ਆਪਣੇ ਅਸੂਲ ਛੱਡੀ ਬੈਠਾ ਹੈਗਾ ਹੈ, ਆਮ ਆਦਮੀ ਪਾਰਟੀ ਦੇ ਆਪਣੇ ਕੋਈ ਅਸੂਲ ਹੈ ਨਹੀਂ ਹੈਗੇ ਆ। ਭਾਜਪਾ ਦੇ ਵਿੱਚ ਲਗਾਤਾਰ ਲੋਕੀ ਜਾ ਰਹੇ ਨੇ, ਭਾਜਪਾ ਵਿੱਚੋਂ ਹੀ ਲੋਕ ਬਾਹਰ ਜਾ ਰਹੇ ਨੇ। ਜਦੋਂ ਬੰਗਾਲ ਦੀਆਂ ਚੋਣਾਂ ਹੋਈਆਂ, TMC ਛੱਡ ਕੇ ਲੋਕ ਭਾਜਪਾ 'ਚ ਆ ਗਏ, ਫਿਰ ਜਦੋਂ ਚੋਣਾਂ ਖਤਮ ਹੋ ਗਈਆਂ, ਭਾਜਪਾ ਛੱਡ ਕੇ ਮੁੜ ਕੇ TMC ਜਾ ਵੜੇ। ਸੋ ਇਸ ਕਰਕੇ ਅੱਜ ਕੱਲ੍ਹ ਬੇਅਸੂਲੀ ਸਿਆਸਤ ਹੈਗੀ ਹੈ, ਗਾਂਧੀ ਬੇਅਸੂਲੀ ਸਿਆਸਤ ਨਹੀਂ ਕਰਦਾ। ਭਗਵੰਤ ਮਾਨ ਨੂੰ ਜਲੀਲ ਵਾਹਵਾ ਕੀਤਾ ਜਾ ਰਿਹਾ, ਉਹਨੂੰ ਆਪਣੇ ਰਾਜ ਵਿੱਚ ਬੱਧੂ ਬਣਾ ਦਿੱਤਾ ਗਿਆ ਹੈਗਾ, ਆਪਣੇ ਰਾਜ ਵਿੱਚ ਬੇਵੁਕਤਾ ਬਣਾ ਦਿੱਤਾ ਗਿਆ, ਤੇ ਪੰਜਾਬ ਦੇ ਸਿਰ ਤੇ ਬਿਲਕੁਲ ਹੀ ਛਲਾਰੂ ਕਿਸਮ ਦੇ ਜਿਹੜੇ ਉਮਰ ਦੇ ਬੱਚੇ ਸੀਗੇ ਉਹ ਉਹਦੇ ਭਗਵੰਤ ਮਾਨ ਦੇ ਸਿਰ ਤੇ ਬਿਠਾ ਦਿੱਤੇ। ਭਗਵੰਤ ਮਾਨ ਨੂੰ ਆਪ ਹੀ ਅੱਖਾਂ ਨੀਵੀਆਂ ਪਈਆਂ ਹੁੰਦੀਆਂ, ਉਹਦੀ ਸ਼ਕਲ ਦੇਖ ਕੇ ਉਹਦੀ ਬੋਡੀ ਲੈਂਗੁਏਜ ਪੜਿਆ ਕਰੋ ਕਿ ਉਹ ਕੀ ਮਹਿਸੂਸ ਕਰ ਰਿਹਾ ਹੈ। ਬੀਤੇ ਸੌਰਵ ਜੈਨ ਨੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਕੁਛ ਬਿਆਨ ਦਿੱਤੇ ਸੀ, ਉਹਨਾਂ ਨੂੰ ਨੋਟਿਸ ਮਿਲਿਆ ਕੱਲ, ਅਰਵਿੰਦ ਕੇਜਰੀਵਾਲ ਨੂੰ ਨੋਟਿਸ ਮਿਲਿਆ ਦਿੱਤਾ ਗਿਆ ਕਿ ਉਹ ਸਿਆਸਤ 'ਚ ਨੋਟਿਸ ਚੱਲਦੇ ਰਹਿੰਦੇ ਆ। ਨੋਟਿਸ ਦਾ ਕੀ ਹੈ? ਨੋਟਿਸ ਇਹ ਆਮ ਆਦਮੀ ਪਾਰਟੀ ਵਾਲੇ ਨੋਟਿਸ ਦੇਣ ਨੂੰ ਵੀ ਤਿਆਰ ਹੈ, ਬਾਅਦ 'ਚ ਮਾਫੀਆ ਮੰਗਣ ਨੂੰ ਵੀ ਤਿਆਰ ਰਹਿੰਦੇ ਹੈਗੇ। ਠੀਕ ਹੈ, ਸਹੀ ਤੋਂ ਵੱਡੀ ਸਬੂਤ ਕੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਮਜੀਠੀਆ ਦੇ ਖਿਲਾਫ ਹਜ਼ਾਰਾਂ ਬੋਰਡ ਲਵਾ ਕੇ ਪੰਜਾਬ 'ਚ ਕਿ ਮੈਂ ਐਲਾਨ ਕਰਦਾ ਕਿ ਮਜੀਠੀਆ ਤਸਕਰ ਹੈਗਾ, ਤੇ ਮੈਂ ਮਤਲਬ ਉਹ ਆਪਣੇ ਵਰਕਰਾਂ ਕੋਲ ਲਵਾ ਕੇ ਬਾਅਦ ਘਰ ਜਾ ਕੇ ਗੋਡੇ ਭਰਨੀ ਹੋ ਕੇ ਉਹਦੇ ਕੋਲ ਮਾਫੀ ਮੰਗ ਲਈ। ਇਹ ਤੋਂ ਵੱਡਾ ਹੋਰ ਸਬੂਤ ਕੀ ਹੈ ਕਿ ਇਹਨਾਂ ਕੀ ਹਸ਼ਰ ਹੁੰਦਾ ਇਹਨਾਂ ਜਿਹੜੇ ਨੋਟਿਸ ਦਿੰਦੇ ਹੈਗੇ ਆ। 2022 'ਚ ਪੰਜਾਬ ਆਮ ਆਦਮੀ ਪਾਰਟੀ ਨੂੰ ਕੋਈ ਮੂੰਹ ਲਾਊਗੀ ਨਹੀਂ ਲਾਊਗੀ ਸੀ? ਮੇਰਾ ਨਹੀਂ ਖਿਆਲ ਕਿ ਜੇ ਜਿੰਨੀ ਆਸਾਂ ਲਾਈ ਬੈਠੇ ਨੇ, ਠੀਕ ਹੈ ਕਿ ਕੁਛ ਸੀਟਾਂ ਲੈ ਜਾਣਗੇ ਉਹ, ਪਰ ਸਰਕਾਰ ਬਣਾਉਣ ਤੋਂ ਬਹੁਤ ਕੋਹਾਂ ਦੂਰ ਨੇ ਜੀ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।